ਸਵਾਗਤ ਹੈ ਜੀ ਤੁਹਾਡਾ। ਤੁਸੀਂ ਦੇਖ ਰਹੇ ਹੋ ਖਬਰ ਇਨਸਾਈਟ ਤੇ ਹਰ ਰੋਜ਼ ਦੀ ਤਰ੍ਹਾਂ ਮੈਂ ਹਰਦੀਪ ਕੌਰ ਹਾਜ਼ਰ ਹਾਂ ਲੈ ਕੇ ਅੰਦਰਲੀਆਂ ਖਬਰਾਂ ਅੰਦਰਲਾ ਸੱਚ ਤੁਹਾਡੀਆਂ ਗੱਲਾਂ ਤੁਹਾਡੇ ਬੱਚਿਆਂ ਦੀ ਗੱਲਾਂ ਪੰਜਾਬ ਦੀ ਨੌਜਵਾਨੀ ਤੇ ਪੰਜਾਬ ਦੀ ਕਿਸਾਨੀ ਦੇ ਬਾਰੇ ਗੱਲ। ਤੇ ਅੱਜ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਨਾਲ ਹਾਜ਼ਰ ਰਹਿਣਗੇ ਇੱਕ ਖਾਸ ਮਹਿਮਾਨ। ਜਿਸ ਤਰੀਕੇ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਸਮੇਂ ਸਮੇਂ ਤੇ ਕੁਝ ਇੱਕ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਾਂਗੇ, ਅੱਜ ਗੱਲਬਾਤ ਕਰਾਂਗੇ। ਸਾਡੇ ਨਾਲ ਹਾਜ਼ਰ ਨੇ ਸਾਬਕਾ ਸਿਹਤ ਮੰਤਰੀ ਸਰਦਾਰ ਬਲਵੀਰ ਸਿੰਘ ਸਿੱਧੂ ਜੀ। ਲੋਕ ਸਭਾ ਚੋਣਾਂ 2024 ਚੱਲ ਰਹੀਆਂ ਨੇ, ਸਾਰੇ ਹੀ ਪਾਸੇ ਦਲ ਬਦਲੀਆਂ ਦਾ ਵੀ ਦੌਰ ਹੈ ਅਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਪੰਜਾਬ ਦੇ ਮਸਲਿਆਂ ਦੇ ਉੱਤੇ, ਕਿਸਾਨਾਂ ਦੇ ਬਾਰੇ ਅਤੇ ਖਾਸ ਤੌਰ 'ਤੇ ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੋਰਾਂ ਦੇ ਬਿਆਨ ਆ ਰਹੇ ਨੇ, ਉਹਨਾਂ ਸਾਰੀਆਂ ਚੀਜ਼ਾਂ 'ਤੇ ਗੱਲਬਾਤ ਰਹੇਗੀ ਜੀ। ਸਵਾਗਤ ਹੈ ਸਰ, ਬਹੁਤ ਬਹੁਤ ਥੈਂਕ ਯੂ ਮਿਹਰਬਾਨੀ। ਸਿੱਧੂ ਸਾਹਿਬ, ਜੇਕਰ ਗੱਲ ਕਰੀਏ ਪੰਜਾਬ ਦੇ ਹਾਲਾਤਾਂ ਦੀ, ਤਾਂ ਅੱਜ ਜਦੋਂ ਲੋਕ ਸਭਾ ਚੋਣਾਂ 2024 ਦਾ ਪੂਰਾ ਜਿਹੜਾ ਦੌਰ ਚੱਲ ਰਿਹਾ, ਕੁਝ ਇੱਕ ਹੀ ਦਿਨ ਰਹਿ ਗਏ ਨੇ, ਕਿਹੜੇ ਕਿਹੜੇ ਹਲਕਿਆਂ ਦਾ ਜਿਹੜਾ ਦੌਰਾ ਕਰਕੇ ਆ ਚੁੱਕੇ ਹੋ? ਦੇਖੋ, ਮੈਂ ਤਾਂ ਹੁਣ ਰੀਸੈਂਟਲੀ ਜ਼ਿਆਦਾ ਮੇਰਾ ਰਿਹਾ ਵਾ ਤਾਂ ਅਨੰਦਪੁਰ ਸਾਹਿਬ ਨਾਲ ਰਿਹਾ ਜੀ, ਪਰ ਮੈਂ ਪਿੱਛੇ 2 ਦਿਨ ਮੈਨੂੰ ਜਾਣ ਦਾ ਮੌਕਾ ਮਿਲਿਆ, ਇੱਕ ਸਰੂ ਪਾਰਲੀਮੈਂਟ ਦਾ ਅਤੇ ਦੂਸਰਾ ਬਠਿੰਡਾ ਪਾਰਲੀਮੈਂਟ ਦਾ ਜੀ। ਉੱਥੇ 2 ਦਿਨ ਮੈਂ, ਇੱਕ ਦਿਨ ਸਰੂ 'ਚ, ਇੱਕ ਦਿਨ ਮੈਂ ਬਠਿੰਡਾ ਦੇ ਲਾ ਕੇ ਆਇਆ, ਅਤੇ ਪਲੱਸ ਮੈਂ ਜਿਹੜਾ ਅਨੰਦਪੁਰ ਸਾਹਿਬ ਦਾ ਵੀ ਆਪਣੀ ਕੰਸਟੀਚੁਐਂਸੀ ਤੱਕ ਜਾਂ ਜੋ ਆਪਣੀ ਨੋਮੀਨੇਸ਼ਨ ਹੋਈ ਹੈ ਜਾਂ ਅਨੰਦਪੁਰ ਸਾਹਿਬ ਮੱਥਾ ਟੇਕਣ ਵਾਸਤੇ ਗਏ ਹਾਂ, ਉਹ ਸਾਰਾ ਮੈਂ ਸੀਨ ਦੇਖਿਆ, ਉਹਦੇ ਬਾਰੇ ਮੈਂ ਚੰਗੀ ਤਰ੍ਹਾਂ ਵਿਸਥਾਰ 'ਚ ਦੱਸ ਸਕਦਾ ਜੀ। ਸਰ, ਤੁਸੀਂ ਅਨੰਦਪੁਰ ਸਾਹਿਬ ਹਲਕੇ ਦਾ ਜ਼ਿਕਰ ਕੀਤਾ ਹੈਗਾ, ਚਰਚਾ ਇਹ ਚੱਲ ਰਹੀ ਸੀ ਕਿ ਤੁਸੀਂ ਦਿੱਲੀ ਵੀ ਗਏ ਹੋ, ਟਿਕਟ ਦੀ ਤੁਹਾਡੇ ਵੱਲੋਂ ਮੰਗ ਵੀ ਕੀਤੀ ਗਈ, ਕਾਰਨ ਕਿਹੜੇ ਰਹੇ ਕਿ ਸਟਰੋਂਗ ਕੈਂਡੀਡੇਟ ਸੀ? ਇੱਥੋਂ ਲਗਾਤਾਰ ਤੁਹਾਡੇ ਨਾਮ ਦੀ ਚਰਚਾ ਵੀ ਸੀ, ਲੇਕਿਨ ਉਸ ਦੇ ਬਾਵਜੂਦ ਨਾਮ ਆ ਗਿਆ ਵਿਜੇਂਦਰ ਸਿੰਗਲਾ ਦਾ। ਵਿਜੇਂਦਰ ਸਿੰਗਲਾ ਕਿੱਧਰੋਂ, ਕਿੰਨੀ ਦੂਰ ਤੋਂ ਲਿਆ ਕੇ, ਜਿੰਨੇ ਵੀ ਕਾਂਗਰਸ ਨੇ ਉਮੀਦਵਾਰ ਉਤਾਰੇ, ਚਾਹੇ ਰਾਜਾ ਵੜਿੰਗ ਦੀ ਗੱਲ ਕਰ ਲਈਏ, ਉੱਧਰ ਤੋਂ ਆ ਕੇ ਗਿੱਦੜਬਾਹਾ ਤੋਂ ਇੱਧਰ ਲੁਧਿਆਣਾ ਦੇ ਵਿੱਚ ਉਤਾਰ ਦਿੱਤੇ ਗਏ, ਕੀ ਕਾਂਗਰਸ ਕੁਝ ਨਵਾਂ ਤਜਰਬਾ ਕਰਨਾ ਚਾਹ ਰਹੀ? ਨਹੀਂ, ਐਸੀ ਗੱਲ ਤਾਂ ਨਹੀਂ ਹੁੰਦੀ। ਕਈ ਵਾਰੀ ਕੀ ਹੁੰਦਾ ਕਿ ਵੀ ਡਿਪੈਂਡ ਕਰਦਾ ਵੀ ਕਿਹੋ ਜਿਹਾ ਮਾਹੌਲ ਆ। ਜਿਸ ਤਰ੍ਹਾਂ ਸਾਡੇ ਇੱਥੇ 3-4 ਕੈਂਡੀਡੇਟ ਸੀਗੇ, ਸਾਰੇ ਜਿਹਨਾਂ ਨੇ ਅਪਲਾਈ ਅਪਲੂਈ ਕੀਤਾ ਸੀਗਾ, ਹਾਈ ਕਮਾਂਡ ਨੇ ਸੋਚਿਆ ਹੋਣਾ ਵੀ ਕਿ ਜਿਸ ਤਰ੍ਹਾਂ ਇੱਕ ਬੈਲੈਂਸ ਰੱਖਦਾ ਕਾਂਗਰਸ ਪਾਰਟੀ ਜੀ, ਵੀ ਕੋਈ ਵੀ ਵਰਗ ਜਿਹੜਾ ਐਸਾ ਨਾ ਹੋਵੇ ਜਿਹੜੇ ਵਰਗ ਨੂੰ ਅਸੀਂ ਐਡਜਸਟ ਨਾ ਕਰ ਸਕੀਏ। ਉਹਦੇ 'ਚ ਕੀ ਸੀਗਾ ਕਿ ਉਹਦੇ 'ਚ ਜਿਸ ਤਰ੍ਹਾਂ ਇੱਕ ਬ੍ਰਾਹਮਣ ਕਾਸਟ ਸੀ, ਉਹ ਡਾਕਟਰ ਧਰਮਵੀਰ ਗਾਂਧੀ ਆ ਗਏ, ਸਾਡੇ ਮੇਜਰ ਵੋਟ ਬੈਂਕ ਪੰਜਾਬ ਦੇ ਵਿੱਚ ਇੱਕ ਬਾਣੀਆ ਬਰਾਦਰੀ ਦਾ, ਮਹਾਜਨ ਬਰਾਦਰੀ ਦਾ ਵੀ ਹੈਗਾ, ਉਹਨਾਂ ਦਾ ਕੋਈ ਬੰਦਾ ਵੀ ਐਡਜਸਟ ਨਹੀਂ ਹੋਇਆ ਸੀ। ਪਲੱਸ ਇੱਕ OBC ਦੀ ਗੱਲ ਸੀਗੀ, ਤਾਂ ਫਿਰ ਜਿਸ ਤਰ੍ਹਾਂ ਅਸੀਂ ਮੈਂ ਜਸਟਿਸ ਫੈਮਲੀ ਨੂੰ ਬਿਲੋਂਗ ਕਰਦਾ ਹਾਂ, ਗੁਰਦਾਸਪੁਰ ਤੋਂ ਵੀ ਜੱਟ ਆ ਗਏ ਸੀ, OP ਸੋਨੀ ਜੀ ਬੈਕ ਕਰ ਗਏ ਵੀ ਮੈਂ ਨਹੀਂ ਇਲੈਕਸ਼ਨ ਲੜਨਾ, ਅਤੇ ਉੱਥੇ ਵੀ ਆਪਣੇ ਸਾਡੇ ਜਿਹੜੇ ਫਾਰਮਰ MP ਆ ਆਪਣੇ ਗੁਰਜੀਤ ਔਜਲਾ ਜੀ, ਉਹ ਆ ਗਏ। ਫਿਰ ਲੁਧਿਆਣੇ ਤੋਂ ਵੀ ਰਾਜਾ ਵੜਿੰਗ ਜੀ ਆ ਗਏ, ਉਹ ਤੋਂ ਬਾਅਦ ਫਿਰ ਬਠਿੰਡੇ ਤੋਂ ਜੀਤਬਿੰਦਰ ਸਿੱਧੂ ਆ ਗਏ, ਅਤੇ ਇੱਦਾਂ ਜਿਹੜੇ ਸਾਰੇ ਸੀਗੇ ਆਪਣੇ ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ ਆ ਗਏ ਜੀ, ਅਤੇ ਖਡੂਰ ਸਾਹਿਬ ਤੋਂ ਕੁਲਵੀਰ ਜੀਰਾ ਹੋ ਗਿਆ। ਅਤੇ ਉਹਦੇ ਨਾਲ ਵੀ ਇੱਕ ਬੈਲੈਂਸ ਕਰਨ ਵਾਸਤੇ ਵੀ ਸਾਰੀਆਂ ਜਿਹੜੀ ਇੱਕ ਸੈਕੂਲਰ ਪਾਰਟੀ ਹੈ ਕਾਂਗਰਸ ਪਾਰਟੀ, ਵੀ ਸਾਰਿਆਂ ਨੂੰ ਬਰਾਬਰ ਦੀ ਨੁਮਾਇੰਦਗੀ ਦਿੱਤੀ ਜਾਵੇ, ਉਹਦੇ ਵਿੱਚ ਆਪਾਂ ਨੂੰ ਇਸ ਕਰਕੇ ਸਿੰਗਲਾ ਸਾਹਿਬ ਇੱਥੇ ਐਡਜਸਟ ਕੀਤਾ ਜੀ। ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਲਗਾਤਾਰ ਜਿਹੜਾ ਕਿ ਬਿਆਨ ਚੱਲ ਰਿਹਾ 13-0। ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਜਿੱਥੇ ਜਿੱਥੇ ਕਾਂਗਰਸ ਪਾਰਟੀ ਨੇ ਆਪਣੇ ਕੈਂਡੀਡੇਟ ਉਤਾਰੇ, ਚਾਹੇ ਉਹ ਲੁਧਿਆਣਾ ਲੋਕ ਸਭਾ ਹਲਕੇ ਦੀ ਗੱਲ ਕਰ ਲਈਏ ਜਾਂ ਫਿਰ ਅਮਰਜੀਤ ਕੌਰ ਸਾਹੂ ਕੇ ਨੇ ਉੱਧਰ ਉਤਾਰਿਆ ਗਿਆ ਉਹਨਾਂ ਦੀ ਗੱਲ ਕਰ ਲਈਏ, ਡਾਕਟਰ ਧਰਮਵੀਰ ਗਾਂਧੀ ਨੂੰ ਜਦੋਂ ਉਤਾਰਿਆ ਗਿਆ ਉੱਧਰ ਗੱਲ ਕਰ ਲਈਏ, ਸੁਖਪਾਲ ਖਹਿਰਾ ਦੀ ਗੱਲ ਕਰ ਲਈਏ ਤਾਂ ਵਿਰੋਧ ਉੱਠਿਆ। ਅਜੇ ਇਹਦੇ ਵਿੱਚ ਕਿੱਦਾਂ ਲੱਗਦਾ ਹੈ ਕਿ 13-0 ਜਿਸ ਤਰੀਕੇ ਨਾਲ ਕਹਿ ਰਹੇ ਨੇ? ਇੱਦਾਂ ਹੁੰਦਾ ਹੈ ਕਿ ਵੀ ਜਦੋਂ ਕੋਈ ਇਲੈਕਸ਼ਨ ਹੁੰਦਾ ਹੈ
ਉਦੋਂ ਹਰ ਬੰਦਾ ਉਹਦੀ ਕੋਸ਼ਿਸ਼ ਮੈਨੂੰ ਟਿਕਟ ਮਿਲ ਜਾਵੇ। ਲੇਕਿਨ ਟਿਕਟ ਤਾਂ ਜਿਵੇਂ ਹੁਣ 13 ਪਾਰਲੀਮੈਂਟ ਸੀਟਾਂ ਨੇ ਅਤੇ 13 ਬੰਦਿਆਂ ਨੂੰ ਹੀ ਮਿਲਣੀਆਂ, ਨਾ ਕਿ 14 ਨੂੰ ਮਿਲ ਜਾਣੀਆਂ, ਜਾਂ ਜਿੰਨੇ ਅਸੀਂ ਅਪਲਾਈ ਕਰਦੇ ਸਾਰੇ ਮਿਲ ਜਾਣੇ ਆ। ਫਿਰ ਪਾਰਟੀ ਜਿਹੜੇ ਪੈਰਾਮੀਟਰ ਨੇ ਜਿਹੜੇ ਇਸ ਤਰ੍ਹਾਂ ਵੀ ਸਾਰਿਆਂ ਨੂੰ ਐਡਜਸਟ ਕਰਨਾ, ਉਹ ਪਾਰਟੀ ਫਿਰ ਸੋਚ ਵਿਚਾਰ ਕੇ, ਇੱਕ ਪਹਿਲਾਂ ਉਸ ਵਾਰ ਸਕਰੀਨਿੰਗ ਕਮੇਟੀ ਦੀ ਮੀਟਿੰਗ ਹੁੰਦੀ ਹੈ, ਫਿਰ CWC ਹੁੰਦੀ ਹੈ, ਫਿਰ ਉਸ ਵਾਰ CEC ਹੁੰਦੀ ਹੈ, ਫਿਰ ਉਸ ਤੋਂ ਬਾਅਦ ਵਿਚਾਰ ਕੀਤਾ ਜਾਂਦਾ। ਫਿਰ ਜੇ ਕਿਹੜਾ ਬਿਹਤਰ ਹੁੰਦਾ ਵੀ ਕਿਹੜਾ ਬੰਦਾ, ਹੁਣ ਜਿਸ ਤਰ੍ਹਾਂ ਇਹ ਵੀ ਫਾਰਮਰ MP ਹੈ ਵਿਜੇਂਦਰ ਸਿੰਗਲਾ ਵੀ, ਅਤੇ ਉਹਦੀ ਪਰਫੋਰਮੈਂਸ ਅੱਛੀ ਰਹੀ ਹੈ, ਇਸ ਤਰ੍ਹਾਂ ਹੀ ਧਰਮਿੰਦਰ ਗਾਂਧੀ ਵੀ ਫਾਰਮਰ MP ਨੇ। ਹਾਂ ਠੀਕ ਹੈ, ਉੱਥੇ ਵੀ ਜਿੱਥੇ ਹਰਦਿਆਲ ਕੰਬੋਜ ਵਗੈਰਾ ਜੀ, ਜਾਂ ਲਾਲ ਸਿੰਘ ਵਰਗੇ ਕਾਫੀ ਬੰਦੇ ਜਿਹੜੇ ਟਿਕਟ ਮੰਗਦੇ ਸੀ, ਸਾਡੇ ਵੀ ਇੱਥੇ ਮੈਂ ਸੀ, ਹਰਿਆਣਾ KP ਸਿੰਘ ਸੀਗੇ, ਈਵਨ ਅੰਗਦ ਵੀ ਸ਼ਾਇਦ ਇਸ ਲੈਨ ਸੀਗਾ, ਅਤੇ ਸਾਡੇ ਬਾਹਰੋਂ ਵੀ ਕਈ ਬੰਦੇ ਆ ਕੇ ਟਿਕਟ ਮੰਗਣ ਦੀ ਕੋਸ਼ਿਸ਼ ਕਰਦੇ ਸੀ, ਪਰ ਜਿਹੜਾ ਫੈਸਲਾ ਹਾਈਕਮਾਂਡ ਨੇ ਫਿਰ ਇਸ ਤਰੀਕੇ ਨਾਲ ਕੀਤਾ ਤਾਂ ਰਜਵਿੰਦਰ ਸਿੰਗਲਾ ਆ ਗਿਆ। ਹੁਣ ਦੇਖੋ ਵਿਰੋਧ ਸ਼ੁਰੂ ਸ਼ੁਰੂ 'ਚ ਹੁੰਦਾ ਹੈ ਮਾੜਾ ਮੋਟਾ, ਹਰ ਬੰਦੇ ਨੂੰ ਦੇਖੋ ਇੱਕ ਡੈਮੋਕ੍ਰੇਸੀ ਹੈ, ਡੈਮੋਕ੍ਰੇਸੀ ਦਾ ਰਾਈਟ ਹੈ, ਉਹ ਆਪਣਾ ਆਪਣੇ ਵਾਸਤੇ ਆਪਣੀ ਗੱਲ ਕਹਿ ਸਕਦਾ ਹੈ, ਪਰ ਜਦੋਂ ਸਵਾਲ ਪਾਰਟੀ ਡਿਸਿਪਲਿਨ ਨਾਲ, ਉਹ ਸਾਰੇ ਬੰਦੇ ਝੰਡੇ ਥੱਲੇ ਇਕੱਠੇ ਹੋ ਜਾਂਦੇ ਜੀ। ਪਰ ਸਿੱਧੂ ਸਾਹਿਬ, ਲੱਗਦਾ ਨਹੀਂ ਕਿ ਜਿਹੜਾ ਨਵਾਂ ਤਜਰਬਾ ਕਾਂਗਰਸ ਪਾਰਟੀ ਦੇ ਵੱਲੋਂ ਹਾਈਕਮਾਂਡ ਦੇ ਵੱਲੋਂ ਖੇਡਿਆ ਗਿਆ ਹੈਗਾ, ਕਿਉਂਕਿ ਹਰ ਇੱਕ ਦੇ ਜਿਹੜੇ ਹਲਕੇ ਬਦਲੇ ਗਏ ਨੇ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਹ ਜਲੰਧਰ ਚਲੇ ਗਏ, ਉੱਥੇ ਵੀ ਜਿਹੜਾ ਵਿਰੋਧ ਹੋਇਆ, ਇੱਥੋਂ ਦੋ ਵਾਰ ਜਿਹੜੇ ਉਹਨਾਂ ਦੇ ਦੋ ਹਲਕੇ ਸੀ ਭਦੌੜ ਔਰ ਚਮਕੌਰ, ਉੱਥੋਂ ਹਾਰ ਗਏ ਸੀ, ਉਸ ਦੇ ਬਾਵਜੂਦ ਜਲੰਧਰ ਭੇਜਿਆ ਗਿਆ। ਲੇਕਿਨ ਲੱਗਦਾ ਨਹੀਂ ਕਿ ਕਾਂਗਰਸ ਪਾਰਟੀ ਨੇ ਜਿਹੜਾ ਤਜਰਬਾ ਕੀਤਾ ਵੀ ਕਿਤੇ ਨਾ ਕਿਤੇ ਜਿਹੜਾ ਹੈਗਾ ਇਹ ਭਾਰੀ ਪੈ ਜਾਏਗਾ? ਨਹੀਂ, ਐਸੀ ਗੱਲ ਨਹੀਂ ਹੈ, ਅਸੀਂ ਸਾਰੇ ਹੁਣ ਦੇਖੋ ਗਰਸੁਣ ਵਿੱਚ, ਕਿਉਂਕਿ ਆਪਣੇ ਹਲਕੇ ਦੇ ਵਿੱਚ ਜਿਹੜਾ ਕੋਈ ਵੀ ਕੈਂਡੀਡੇਟ ਹੁੰਦਾ ਚੰਗੇ ਤਰੀਕੇ ਨਾਲ ਹਰ ਗਲੀ ਨੂੰ, ਹਰ ਨੁੱਕਰ ਨੂੰ, ਹਰ ਨਹੀਂ, ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਕਿ ਵੀ ਅਸੀਂ ਇੱਥੋਂ ਦੇ ਲੋਕਲ ਕੈਂਡੀਡੇਟ ਸੀਗੇ, ਸਾਨੂੰ ਸਾਡਾ ਰਾਈਟ ਬਣਦਾ ਸੀ, ਪਰ ਹਾਈਕਮਾਂਡ ਕੋਲ ਵੀ ਕਈ ਗੱਲਾਂ ਹੁੰਦੀਆਂ, ਉਹਨਾਂ ਨੇ ਸਾਰੇ ਸਨੈਰੋ ਦੇਖਣਾ ਹੁੰਦਾ ਸਟੇਟ ਦਾ ਵੀ ਕਿੱਦਾਂ ਅਸੀਂ ਆਪਣੇ ਹਰ ਵੋਟ ਜਿਹੜਾ ਵੋਟਰ ਹੈ ਕੋਈ ਇਹ ਨਾ ਕਹੇਗਾ ਸਾਨੂੰ ਤਾਂ ਸਾਡੇ ਵਰਗ ਨੂੰ ਇਗਨੋਰ ਕਰਤਾ। ਫਿਰ ਉੱਥੇ ਫਿਰ ਅਸੀਂ ਸਾਡੇ ਸਾਰਿਆਂ ਦੇ ਆਪਣੇ ਅਸੀਂ ਪਾਰਟੀ ਦੇ ਡਿਸਿਪਲਿਨ 'ਚ ਰਹਿੰਦੇ ਹਾਂ, ਜੋ ਉਹਦਾ ਹੁਕਮ ਆ ਸਾਡੇ ਸੁਪਰੀਮ ਹੈ। ਹੁਣ ਤੁਸੀਂ ਤਾਂ ਦੇਖੋ, ਨਾ ਤਾਂ ਹੁਣ ਗਾਂਧੀ ਜੀ ਕੋਈ ਉੱਥੇ ਕੋਈ ਵਿਰੋਧਤਾ ਹੋ ਰਹੀ ਹੈ, ਨਾ ਸਿੰਗਲੇ ਦੀ ਹੋ ਰਹੀ ਹੈ, ਸਾਰੇ ਬੰਦੇ ਅਸੀਂ ਕੰਮ ਕਰ ਰਹੇ ਹਾਂ ਉਹਦੇ ਵਾਸਤੇ। ਤੁਸੀਂ ਸਾਰੇ ਬੰਦੇ ਕਾਂਗਰਸ ਪਾਰਟੀ ਲਈ ਕੰਮ ਕਰਦੇ ਹਾਂ, ਉਹਦੇ ਜਿਹੜਾ ਵੀ ਮਰਜ਼ੀ ਬੰਦਾ ਕੈਂਡੀਡੇਟ, ਜੇ ਹੁਣ ਮੈਂ ਕੱਲ੍ਹ ਨੂੰ ਕੈਂਡੀਡੇਟ ਮੈਨੂੰ ਬਣਾ ਦਿੰਦੇ ਆ, ਤਾਂ ਮੈਂ ਬਾਕੀ ਨੇ ਮੇਰੇ ਵਾਸਤੇ ਕੰਮ ਕਰਨਾ ਹੀ ਸੀ ਨਾ, ਇਹ ਕੋਈ ਜ਼ਰੂਰੀ ਤਾਂ ਹੋ ਸਕਦਾ ਸਿੰਗਲਾ ਵੀ ਮੇਰੇ ਵਾਸਤੇ ਕੰਮ ਕਰੇ ਕੱਲ੍ਹ ਨੂੰ ਜੀ। ਤੁਸੀਂ ਅਨੰਦਪੁਰ ਸਾਹਿਬ ਹਲਕੇ ਨੂੰ ਜਾ ਕੇ ਆਏ ਹੋ, ਲਗਾਤਾਰ ਜਿਹੜਾ ਹੈਗਾ ਦੇਖ ਰਹੇ ਹੋਗੇ, ਉੱਥੇ ਦੀ ਜੇਕਰ ਗੱਲ ਕਰੀਏ ਤਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਪਹਿਲਾਂ ਵੀ ਜਿਹੜਾ ਨੇ ਇਲੈਕਸ਼ਨ ਲੜ ਚੁੱਕੇ ਨੇ, ਉਹਨਾਂ ਦਾ ਆਪਣਾ ਹਲਕਾ ਵੀ ਪੈਂਦਾ ਲਗਾਤਾਰ ਸਰਗਰਮੀਆਂ, ਹਲਕਾ ਨਹੀਂ ਹੈ ਉਹ ਵੀ ਬਾਹਰੋਂ ਨੇ, ਉਹ ਪਟਿਆਲੇ ਜਿਹਨਾਂ ਦਾ ਪਿੰਡ ਪੈਂਦਾ, ਚੰਦੂ ਮਾਜਰਾ ਪਿੰਡ ਰਾਜਪੁਰ ਹਲਕੇ ਪੈਂਦਾ ਜੀ, ਐਕਚੁਅਲੀ ਪਟਿਆਲੇ ਤੋਂ ਪਹਿਲਾਂ MP ਰਹੇ ਨੇ, ਉਹ ਵੀ ਬਾਹਰੋਂ ਆ ਕੇ ਇਲੈਕਸ਼ਨ ਲੜੇ ਨੇ, ਜਿਵੇਂ ਮਾਲਵਾ ਰਾਜਸਥਾਨ ਤੋਂ ਬਿਲੋਂਗ ਕਰਦਾ, ਠੀਕ ਹੈ ਨਾ, ਅਤੇ ਜਿਹੜਾ BJP ਦਾ ਕੈਂਡੀਡੇਟ ਆ ਉਹ ਇੱਥੇ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦੇ ਹੈਗੇ 4 ਫੇਸ 'ਚ, ਉਹ ਅੰਮ੍ਰਿਤਸਰ ਨੂੰ ਬਿਲੋਂਗ ਕਰਦਾ। ਲੋਕਾਂ ਦਾ ਕੀ ਇਸ ਤਰੀਕੇ ਦਾ ਰੁਝਾਨ? ਦੇਖੋ ਲੋਕਾਂ ਦਾ, ਦੇਖੋ ਇਸ ਵੇਲੇ ਹਾਲਾਤ ਨੇ ਕਿ ਲੋਕ ਕਾਂਗਰਸ ਪਾਰਟੀ ਨਾਲ ਨੇ, ਲੋਕ ਚਾਹੁੰਦੇ ਨੇ ਕਿ ਜੇ ਕੋਈ ਚੰਗਾ ਪ੍ਰਸ਼ਾਸਨ ਜਾਂ ਅਸੀਂ ਚੰਗੀ ਆਸ ਰੱਖ ਸਕਦੇ ਹਾਂ ਜਾਂ ਚੰਗੇ ਸਾਨੂੰ ਕੋਈ ਵਿਜ਼ਨ ਵਾਲੀ ਪਾਰਟੀ, ਉਹ ਕਾਂਗਰਸ ਹੈ ਜੀ। ਉਹ ਕੈਂਡੀਡੇਟ ਨੂੰ ਦੇਖਦੇ, ਕੋਈ ਵੀ ਪਾਰਟੀ ਨੂੰ ਦੇਖਦੇ ਆ ਵੀ ਕਿਹੜੀ ਪਾਰਟੀ ਅੱਗੇ ਆ ਕੇ ਦੇਸ਼ ਨੂੰ ਚਲਾ ਸਕਦੀ ਹੈ, ਕਿਹੜੀ ਪਾਰਟੀ ਨੇ ਦੇਸ਼ ਨੂੰ ਬਹੁਤ ਕੁਝ ਦਿੱਤਾ ਹੈ, ਕਿਹੜੀ ਪਾਰਟੀ ਨੇ ਦੇਸ਼ ਦਾ ਭਲਾ ਕੀਤਾ, ਜਾਂ ਕਿਹੜੀ ਪਾਰਟੀ ਸਾਰੇ ਵਰਗਾਂ ਨਾਲ ਲੜ ਕੇ ਚੱਲ ਸਕਦੀ ਹੈ, ਸਾਰੇ ਧਰਮਾਂ ਦੇ ਲੋਕਾਂ ਸਤਿਕਾਰ ਕਰਦੀ ਹੈ, ਉਹ ਕਾਂਗਰਸ ਪਾਰਟੀ ਹੈ। ਇਸ ਕਰਕੇ ਉੱਥੇ ਇੰਡੀਵਿਜੁਅਲ ਜਿਹੜਾ ਕੰਮ ਆ ਮੁੱਕ ਜਾਂਦਾ, ਪਾਰਟੀ ਦਾ ਸਿੰਬਲ ਸਾਹਮਣੇ ਆ ਜਾਂਦਾ, ਪਾਰਟੀ ਸਿੰਬਲ ਸਾਰਿਆਂ ਦਾ, ਸਾਡੇ ਸਾਨੂੰ ਸਾਰਿਆਂ ਦਾ ਇਹੀ ਉਹ ਹੈ ਕਿ ਜਿਵੇਂ ਅਰਜਨ ਨੂੰ ਮੱਛੀ ਦੀ ਕਰੀ ਅੱਖ ਦਿਖਦੀ ਹੈ, ਸਾਨੂੰ ਇਹੀ ਹੈ ਵੀ ਅਸੀਂ ਜਿੱਤ ਕੇ ਸੀਟ ਰਹੇ ਅਸੀਂ ਇਸ ਦਿੱਲੀ ਦਾ ਜਿਹੜਾ ਪ੍ਰਸ਼ਾਸਨ ਉਹਨੂੰ ਬਦਲਣਾ ਹੈ,
ਕਿ ਜੋ ਇਸ ਵੇਲੇ ਉਹ ਹਾਲਾਤ ਦੇਸ਼ ਦੇ ਕੀਤੇ ਨੇ, ਮਹਿੰਗਾਈ ਕਰਕੇ ਲਾ ਲਓ ਜਾਂ ਜਿਹੜੇ ਆਮ ਵਰਗੇ ਜਾਂ ਤੁਹਾਡੇ ਅਗਨੀਵੀਰ ਦੀ ਗੱਲ ਕਰ ਲਓ ਜਾਂ ਕੋਈ ਹੋਰ ਜਿੰਨੀਆਂ ਵੀ ਤੁਸੀਂ ਗੱਲ ਕਰੋਗੇ, ਸਾਰੇ ਪਾਸੇ ਫਰੰਟ 'ਤੇ ਫੇਲ ਸਾਬਤ ਹੋਈ ਹੈ, ਉਲਟਾ ਹਿੰਦੁਸਤਾਨ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ ਪਾਰਟੀ ਜੀ। ਸਿੱਧੂ ਸਾਹਿਬ, ਕਦੇ ਮਨ ਦੇ ਵਿੱਚ ਇੱਦਾਂ ਲੱਗਿਆ ਕਿ ਹੁਣ ਜਦੋਂ ਟਿਕਟ ਨਹੀਂ ਮਿਲੀ ਤੁਸੀਂ ਗਏ ਵੀ ਕਿਤੇ ਨਾ ਕਿਤੇ ਜਿਹੜੀ ਹੈਗੀ ਮੇਰੀ ਗਲਤੀ ਰਹੀ ਕਿ ਭਾਰਤੀ ਜਨਤਾ ਪਾਰਟੀ ਵਿੱਚ ਇੱਕ ਜਾਣਾ, ਉਹਦੇ ਚੱਲਦੇ ਵੀ ਜਿਹੜਾ ਖਮਿਆਜ਼ਾ ਕਿਤੇ ਨਾ ਕਿਤੇ ਭੁਗਤਣਾ ਪੈ ਗਿਆ? ਨਹੀਂ, ਮੈਂ ਤਾਂ ਪਹਿਲਾਂ ਵੀ ਕਿਹਾ ਮੇਰੀ ਬਲੰਡਰ ਮਿਸਟੇਕ ਸੀ ਕਿ ਮੈਂ ਉਹ ਗਲਤੀ ਕੀਤੀ, ਪਰ ਉਹ ਮੇਰੇ ਮਨ 'ਚ ਰੋਸ ਸੀ, ਕਿਉਂ ਗਿਆ ਮੈਂ, ਕੀ ਕਾਰਨ ਸੀ। ਇਹ ਨਹੀਂ ਸੀ ਕਿ ਮੈਨੂੰ ਮੈਂ ਤੁਸੀਂ ਤਾਂ ਮੇਰੇ ਬਹੁਤ ਸਾਰੇ ਇੰਟਰਵਿਊ ਕੀਤੀਆਂ ਜਦੋਂ ਮੈਂ ਕਰੋਨਾ ਸੀਗਾ, ਬਿਲਕੁਲ, ਕਿ ਕਿਵੇਂ ਮੈਂ ਰਾਤ ਨਹੀਂ ਕਰਕੇ ਕੰਮ ਕੀਤਾ ਸੀਗਾ, ਮਨ 'ਚ ਰੋਸ ਸੀ ਯਾਰ ਮੈਨੂੰ ਡਰੋਪ ਕੀਤਾ, ਕੀ ਕਾਰਨ ਸੀ ਜਿਹੜਾ ਮੈਨੂੰ ਡਰੋਪ ਕਰਕੇ, ਜਿਹੜੇ ਬੰਦੇ ਨੇ ਮੈਂ ਆਪਣੀ ਜਾਨ ਦੀ ਪਰਵਾਹ ਨਾ ਕੀਤੀ ਹੋਵੇ, ਅਤੇ ਪਲੱਸ ਉਹਨਾਂ ਨੇ ਆਪਣਾ ਉਸ ਵੇਲੇ ਦਾਅ 'ਤੇ ਲਾ ਕੇ ਆਪਣਾ ਪਰਿਵਾਰ ਵੀ ਸਾਰਾ, ਮੇਰੇ ਸਾਰੇ ਪਰਿਵਾਰ ਨੂੰ ਕਰੋਨਾ ਹੋਇਆ, ਤੁਹਾਨੂੰ ਪਤਾ ਇਸ ਗੱਲ ਦਾ, ਮੇਰੀ ਮਦਰ ਨੂੰ ਵੀ 90 ਸਾਲ ਦਿਨ ਹੋ ਗਿਆ ਸੀ। ਫਿਰ ਕਈ ਗੱਲਾਂ, ਮੇਰੇ ਰਿਸ਼ਤੇਦਾਰ ਸੀ 4 ਵਾਰ ਦੇ ਸਿਟਿੰਗ MLA ਸੀਗੇ, ਉਹਦੇ ਟਿਕਟ ਕੱਟ ਕੇ ਉਹ ਉਹਨਾਂ ਵਿਚਾਰਾਂ ਨੂੰ, ਮੇਰੇ ਕੁੜਮ ਦਾ ਬ੍ਰੇਨ ਹੈਮਰੇਜ ਹੋ ਗਿਆ, ਉਸ ਤੋਂ ਮੇਰੇ ਜਿਹੜੇ ਉਹਨਾਂ ਦੇ ਫਾਦਰ ਨੇ ਉਹਨਾਂ ਨੂੰ ਪੈਰਾਲਾਈਜ ਅਟੈਕ ਆ ਗਿਆ, ਉਹਨਾਂ ਮਨ ਬੜਾ ਸ਼ੌਕ ਲੱਗਿਆ ਸੀ, ਮੇਰੇ ਮਨ ਨੂੰ ਬੜਾ ਸ਼ੌਕ ਲੱਗਿਆ ਸੀ ਯਾਰ ਇੱਦਾਂ ਕਰਕੇ ਕਿਉਂ ਹੋਇਆ ਇਸ ਗੱਲ ਦਾ, ਵੀ ਇਸ ਪਾਰਟੀ ਵੱਲ ਸਾਡੀ ਇੰਨੀ ਕੁਰਬਾਨੀ ਆ, ਸਾਡੇ ਫੋਰ ਫਾਦਰ ਭੁੱਲੇ ਕਿ ਅਸੀਂ ਥਰਡ ਜਨਰੇਸ਼ਨ 'ਚ ਆ ਗਏ ਹਾਂ, ਜੇ ਪਾਰਟੀ ਵਾਸਤੇ ਕੰਮ ਕੀਤਾ ਹਮੇਸ਼ਾ, ਪਰ ਉਹਨਾਂ ਹਾਲਾਤਾਂ ਕਿਤੇ ਜੋ ਕੋਈ ਬੰਦਾ ਬਾਹਰ ਨਹੀਂ ਸੀ ਨਿਕਲਦਾ, ਅਤੇ ਵੀ ਸਾਡੇ ਨਾਲ ਕਿਉਂ ਕੀਤੀ, ਉਹ ਰੋਸ ਸੀਗਾ ਮਨ ਦੇ ਵਿੱਚ। ਵੀ ਸ਼ਾਇਦ ਦੂਜੀ ਗੱਲ ਇਹ ਵੀ ਸੀਗੀ ਕਿ ਯਾਰ ਅਸੀਂ ਹੁਣ ਪੰਜਾਬ ਦੇ ਵਿੱਚ ਸ਼ਾਇਦ ਸੈਂਟਰ ਦੀ ਗੌਰਮੈਂਟ ਜਿਹੜੀ ਹੈਗੀ ਆ BJP ਦੀ ਹੈਗੀ ਆ, ਕੋਈ ਪੰਜਾਬ ਦਾ ਭਲਾ ਕਰ ਸਕਦੇ ਹੋਈਏ, ਪਰ ਲੇਕਿਨ ਅਸੀਂ ਉਹਨਾਂ ਜਾ ਕੇ ਉਸ ਪਲੇਟਫਾਰਮ 'ਤੇ ਪਹਿਲੇ ਉਹਨਾਂ ਆਈਡੀਓਲੋਜੀ ਸਾਡੇ ਫਿੱਟ ਨਹੀਂ ਹੈ। ਦੂਜੀ ਗੱਲ ਜਿੰਨੀਆਂ ਉਹਨਾਂ ਨੇ ਗੱਲਾਂ, ਅਸੀਂ ਕਿਸਾਨੀ ਦੀ ਗੱਲ ਕੀਤੀ, ਕਿਸਾਨ ਦੇ ਮੁੱਦਿਆਂ ਦੀ ਗੱਲ ਕੀਤੀ, ਕਰਜ਼ੇ ਦੀ ਗੱਲ ਕੀਤੀ, ਪਾਣੀਆਂ ਦੀ ਗੱਲ ਕੀਤੀ, ਫਿਰ ਉਸ ਤੋਂ ਬਾਅਦ ਜਿਹੜੀ ਆ ਤੁਹਾਡਾ ਹੁਣ ਕੈਨੇਡਾ ਦੇ ਜਿਹੜੇ BJP ਬੰਦ ਕੀਤੇ, ਜਦੋਂ ਫਲੱਡਿੰਗ ਆਈ ਹੜ੍ਹਾਂ ਦੀ ਤਾਂ ਉਦੋਂ ਗੱਲ ਕੀਤੀ ਜੀ, ਜਿਹੜੀ ਕੋਈ ਕਿਸੇ ਲੈਵਲ 'ਤੇ ਉਹ ਪੰਜਾਬ ਨਾਲ ਸਹਿਮਤ ਨਹੀਂ, ਸਾਡੇ ਵਾਸਤੇ ਕੋਈ ਚੰਗਾ ਉਹਨੇ ਸੋਚ ਨਹੀਂ ਹੈ ਜੀ। ਇਹਦੇ ਨਾਲ ਸਿੱਧੂ ਸਾਹਿਬ, ਗੱਲ ਕੀਤੀ ਜਾਵੇ ਕਾਂਗਰਸ ਪਾਰਟੀ ਦੇ ਵਿੱਚ, ਕਹਿੰਦੇ ਨੇ ਕਿ 2027 ਨੂੰ ਲੈ ਕੇ ਹੁਣ ਤੋਂ ਹੀ ਜਿਹੜੀ ਹੈਗੀ ਮੁੱਖ ਮੰਤਰੀ ਦੀ ਦੌੜ ਲਗਾਤਾਰ ਚੱਲ ਰਹੀ ਹੈ, ਜਿਹਦੀ ਰੇਸ ਦੇ ਵਿੱਚ ਵੱਡੇ ਲੈਵਲ 'ਤੇ ਜੇਕਰ ਨਾਮ ਲਿਆ ਜਾਵੇ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ, ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਰੰਧਾਵਾ ਅਤੇ ਹੋਰ ਜਿਹੜੇ ਕੁਝ ਆਗੂ ਨੇ ਉਹ ਲਗਾਤਾਰ ਦੌੜ ਰਹੇ ਨੇ, ਪਰ ਕਹਿੰਦੇ ਕਿ ਪ੍ਰਤਾਪ ਸਿੰਘ ਬਾਜਵਾ ਜਿਹੜਾ ਪੈਂਤੜਾ ਖੇਲ ਗਏ ਕਿ ਅਮਰਿੰਦਰ ਸਿੰਘ ਰਾਜਾਵੜਿੰਗ ਨੂੰ ਉਹ ਲੁਧਿਆਣੇ ਤੋਂ ਭੇਜ ਦਿੱਤਾ, ਆਪ ਇਲੈਕਸ਼ਨ ਨਹੀਂ ਲੜੀ? ਨਹੀਂ ਨਹੀਂ, ਇੱਦਾਂ ਨਹੀਂ ਹੁੰਦਾ, ਡਿਪੈਂਡ ਪਹਿਲੀ ਗੱਲ ਤਾਂ ਸਾਰੇ ਹਲੇ ਵਿਰੋਧੀ ਪਾਰਟੀਆਂ ਦਾ ਕਹਿਣਾ ਜੇ 2-3 ਸਾਲ ਪਹਿਲਾਂ ਵਿਰੋਧੀ ਪਾਰਟੀ ਜਾਣ ਬੁੱਝ ਕੇ ਪਾਰਟੀ ਦੀ ਥੋੜ੍ਹਾ ਵੀ ਸ਼ਾਇਦ ਆਪਸ ਵਿੱਚ ਖਿੰਡ ਜਾਣਗੇ, ਹੋਰ ਹੋ ਜਾਣਗੇ ਜੀ, ਪਰ ਇੱਦਾਂ ਦੀ ਕੋਈ ਗੱਲ ਨਹੀਂ। ਜਿਹੜਾ ਸੀਨੀਅਰ ਬੰਦਾ, ਜਿਹੜਾ ਬੰਦਾ ਡਿਜ਼ਰਵ ਕਰਦਾ ਉਹ ਮੁੱਖ ਮੰਤਰੀ ਬਣੂਗਾ, ਜੇ ਬਾਜਵਾ ਦਾ ਡਿਜ਼ਰਵ ਕਰਦੇ ਬਣਨਗੇ, ਅਤੇ ਜੇ ਸਾਰਾ ਨਾਲ ਲੈ ਕੇ ਚੱਲਣਗੇ, ਜਿਹੜੇ ਦੇਖੋ ਪਾਰਲੀਮੈਂਟ ਮੈਂਬਰ ਬਣ ਜਾਣਾ, ਸੈਂਟਰ ਸਰਕਾਰ ਬਣਦੀ ਹੈ, ਇਹਨਾਂ ਸਾਰਿਆਂ ਨੇ ਵਜ਼ੀਰ ਬਣਨਾ ਉੱਥੇ ਜੀ, ਠੀਕ ਹੈ ਨਾ, ਕੋਈ ਕਿਸੇ ਅਹਿਮਤ ਘੱਟ ਥੋੜ੍ਹੋ ਹੈਗੀ ਆ ਕਿ ਬੰਦਾ ਕੋਈ ਰਾਜਾ ਤਾਂ ਹਲੇ ਜੰਗ ਹੈਗਾ, ਉਹ ਤਾਂ ਬਹੁਤ ਲੰਬਾ ਪਾਰੀ ਖੇਡ ਸਕਦਾ, ਸੁਖਜਿੰਦਰ ਰੰਧਾਵਾ ਵੀ ਉਹ ਵੀ ਮੈਂ ਛੋਟੇ ਨੇ, ਬਾਜਵਾ ਸਾਹਿਬ ਛੋਟੇ ਨੇ, ਅਤੇ ਪਲੱਸ ਜਿਹੜੇ ਦੂਸਰੇ ਲੀਡਰ ਜਿਹੜੇ ਵੀ ਹੋਰ ਵੀ ਹੈਗੇ ਨੇ ਸਾਰੇ, ਦੇਖੋ ਚਾਹਤ ਤਾਂ ਉਹਦਾ ਉਹ ਤਾਂ ਕੱਲ੍ਹ ਮੈਂ ਵੀ ਕਹਾਂ ਮੈਨੂੰ ਮੁੱਖ ਮੰਤਰੀ ਬਣਾ ਦਿਓ, ਐਂ ਥੋੜ੍ਹਾ ਬਣਾਉਣਾ, ਉਹ ਤਾਂ ਜਦੋਂ ਅਸੀਂ ਜਿੱਤ ਕੇ 65 MLA 62 MLA ਜਿੱਤ ਕੇ ਜਾਵਾਂਗੇ, ਉਦੋਂ ਜਿਹੜਾ ਹਾਈਕਮਾਂਡ ਮੂਹਰੇ ਰੱਖਾਂਗੇ, ਤੁਸੀਂ ਜਿਹਨੂੰ ਮਰਜ਼ੀ ਜਿਹਨੂੰ ਹਾਈਕਮਾਂਡ ਹੱਥ ਰੱਖੋ CM ਬਣ ਜੂਗਾ। ਸਿੱਧੂ ਸਾਹਿਬ, ਫਿਰ ਚਰਨਜੀਤ ਸਿੰਘ ਚੰਨੀ ਉਸ ਸਮੇਂ ਜਿਹੜਾ ਐਲੀਜੀਬਲ ਕੈਂਡੀਡੇਟ ਨਹੀਂ ਸੀ ਕਿਉਂਕਿ ਤੁਹਾਡਾ ਮਨ ਮੁਟਾਵ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਦੇ ਨਾਲ ਕਾਫੀ ਦਿੱਕਤ ਹੋਈ ਹੈ। ਚੰਨੀ ਨਾਲ ਨਿੱਜੀ ਤੌਰ ਤੇ ਕੋਈ ਵੈਰ ਵਿਰੋਧ ਨਹੀਂ ਹੈ, ਚੰਨੀ ਦਾ ਮੇਰਾ ਕੋਈ ਉਹਨਾਂ ਦਿਨਾਂ ਵਿੱਚ ਦੇਖਣ ਨੂੰ ਮਿਲਿਆ, ਚਲੋ ਦੇਖਣ ਨੂੰ ਉਹਨੇ ਸ਼ਾਇਦ ਮੇਰੇ ਨਾਲ ਕੋਈ ਕੀਤਾ, ਪਰ ਮੇਰੇ ਮਨ 'ਚ ਕੋਈ ਵੈਰ ਵਿਰੋਧ ਨਹੀਂ ਚੰਨੀ ਵਿਰੋਧ, ਕਿਉਂ ਮੈਂ 2012 'ਚ ਜਦੋਂ ਇਹ 2007 'ਚ ਮੈਂ ਖਰੜ ਤੋਂ MLA ਸੀ, ਡਿਲਿਮਿਟੇਸ਼ਨ ਹੋਈ ਤਾਂ ਮੈਂ ਜੋ 12 'ਚ ਇਲੈਕਸ਼ਨ ਲੜਿਆ ਇੱਥੋਂ ਮੋਹਾਲੀ ਤੋਂ ਪਹਿਲਾਂ ਇਲੈਕਸ਼ਨ,
ਤੇ ਮੈਂ ਖੜ ਤੋਂ ਐਮਐਲਏ ਸੀ, ਮੇਰੇ 35 ਪਿੰਡ ਜਿਹੜੇ ਸੀਗੇ ਉਹ ਚੰਨੀ ਦੇ ਕੰਸਟੀਚੁਐਂਸੀ ਗਏ। ਮੈਂ ਤੇ ਬਿਠਾ ਕੇ ਕਹਿੰਦਾ ਮੀਟਿੰਗ ਕਰਾ ਕੇ ਘੜੂਏ ਪਿੰਡ ਦੇ ਵਿੱਚ ਸਾਰੇ ਬੰਦੇ ਮਿਲਾ ਕੇ ਵੀ ਆ ਮੇਰੇ ਬੰਦੇ ਤਿੰਨ ਜਿਤਾਉਣਗੇ, ਔਰ ਮੇਰੇ ਉਸ 35 ਪਿੰਡਾਂ ਦੇ ਚੰਨੀ ਦਬ ਕੇ ਚੰਨੀ ਥੋੜ੍ਹੀਆਂ ਵੋਟਾਂ ਜਿੱਤੇ ਸੀ ਉਦੋਂ, ਔਰ ਮੈਕਸੀਮਮ ਲੀਡ ਮੇਰੇ ਉਹਨਾਂ 35 ਪਿੰਡਾਂ 'ਚ ਹੋਈ ਸੀ। ਠੀਕ ਹੈ ਨਾ, ਚੰਨੀ ਦਾ ਮੇਰਾ ਕੋਈ ਬੈਰ ਰੋਲ ਨਹੀਂ, ਠੀਕ ਆ ਉਹ ਦੇਖੋ ਸਿਆਸੀ ਤੌਰ 'ਤੇ ਹਰ ਬੰਦਾ ਹੁੰਦਾ। ਚੰਨੀ ਮੈਂ ਖਾੜ ਤੋਂ ਇਲੈਕਸ਼ਨ ਲੜਦਾ ਸੀ, ਐਮ ਐਲ ਏ ਦਾ ਉਹ ਐਮ ਸੀ ਇਲੈਕਸ਼ਨ ਲੜਦੇ ਸੀਗੇ। ਸਿੱਧੂ ਸਾਹਿਬ, ਕਾਂਗਰਸ ਪਾਰਟੀ ਵੱਲੋਂ ਨਾਰੀ ਨਿਆਂ ਪੱਤਰ ਜਾਰੀ ਕੀਤਾ ਗਿਆ, ਸਮੇਂ ਸਮੇਂ 'ਤੇ ਕਾਂਗਰਸ ਪਾਰਟੀ ਵੱਲੋਂ ਲਗਾਤਾਰ ਕਿਹਾ ਗਿਆ ਕਿ ਉਹ ਔਰਤਾਂ ਨੂੰ ਅੱਗੇ ਲੈ ਕੇ ਆਵੇਗੀ, 33% ਰਾਖਵੇਂ ਕਰਨ ਦੀ ਵੀ ਗੱਲ ਕੀਤੀ ਗਈ। ਇਸ ਵਾਰ ਦੀ ਲੋਕ ਸਭਾ ਚੋਣਾਂ ਦੇ ਵਿੱਚ ਗੱਲ ਕਰੀਏ ਤਾਂ ਸਿਰਫ 2 ਕੈਂਡੀਡੇਟ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ। ਦੇਖੋ ਇਹ ਗੱਲ ਨਹੀਂ ਹੁੰਦੀ ਕਿ ਕਈ ਜਗ੍ਹਾ 'ਤੇ ਸਾਡੇ ਕੋਲ ਇੱਦਾਂ ਦਾ ਕੈਂਡੀਡੇਟ ਹੁੰਦਾ ਹੀ ਨਹੀਂ ਕਿ ਜਿਹੜਾ ਉਹਨੂੰ ਅਸੀਂ ਇੱਦਾਂ ਉਤਾਰ ਦਈਏ, ਜਾਂ ਉਹਦੇ ਕੋਲ ਇੰਨਾ ਐਕਸਪੀਰੀਅੰਸ ਹੁੰਦਾ, ਜਾਂ ਫਿਰ ਹੁੰਦੇ 2 ਲੇਡੀਜ਼ ਤੁਹਾਡੇ ਸਾਹਮਣੇ 2 ਆ ਗਈਆਂ ਨਾ ਜੀ, 2 ਲੇਡੀ ਸਾਡੇ ਇਲੈਕਸ਼ਨ ਲੜ ਰਹੀਆਂ ਨੇ, ਅਸੀਂ ਮਿਊਂਸਪੈਲਟੀ 'ਚ 50% ਕਰਤਾ ਹੈਗਾ। ਠੀਕ ਹੈ, ਸਰਪੰਚੀ 'ਚ 50% ਹੋ ਗਈਆਂ ਹੈਗੀਆਂ ਨੇ, ਬਾਕੀ ਸਾਰੇ ਦਾਰਿਆਂ 50% ਹੈਗੀਆਂ। ਹੁਣ ਹੌਲੀ ਹੌਲੀ ਜਿਹੜੀਆਂ ਸਾਡੀਆਂ ਲੜਕੀਆਂ ਨੇ, ਸਾਡੀਆਂ ਧੀਆਂ ਭੈਣਾਂ ਨੇ, ਉਹ ਅਵੇਅਰ ਹੋ ਰਹੀਆਂ ਡੇ ਬਾਈ ਡੇ ਪੋਲੀਟੀਕਲ ਤੌਰ 'ਤੇ ਹੋ ਰਹੀਆਂ ਨੇ, ਜਦੋਂ ਉਹ ਇਸ ਲੈਵਲ 'ਤੇ ਆ ਜਾਣਗੀਆਂ ਨੇਚਰਲੀ ਉਹ ਸਾਰੀਆਂ ਅੱਗੇ ਆਉਣਗੀਆਂ ਜੀ। ਇੰਡੀਆ ਗੱਠਜੋੜ ਦੇ ਵਿੱਚ ਸਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਲਗਾਤਾਰ ਜਿਹੜਾ ਮਿਲ ਕੇ ਕੰਮ ਕਰ ਰਹੀਆਂ ਨੇ, ਬੇਸ਼ੱਕ ਪੰਜਾਬ ਦੀ ਜਿਹੜੀ ਸਥਿਤੀ ਉਲਟ ਹੈ, ਪੰਜਾਬ 'ਚ ਅਲੱਗ ਅਲੱਗ ਹੈ। ਸਵਾਤੀ ਮਾਲੇਵਾਲ ਦਾ ਕੇਸ ਤੁਸੀਂ ਸੁਣਿਆ, ਆਮ ਆਦਮੀ ਪਾਰਟੀ ਦਾ ਜਿਹੜਾ 1.5 ਦਿਨ ਉਹਦੇ 'ਤੇ ਚੁੱਪੀ ਰਹੀ ਅਤੇ ਹੁਣ ਉਹਨਾਂ ਨੇ ਮੰਨਿਆ ਕਿ ਹਾਂ ਜਿਹੜੀ ਚੀਜ਼ ਵਿਵੇਕ ਕੁਮਾਰ ਦੇ ਵੱਲੋਂ ਬਦਤਮੀਜ਼ੀ ਉਹਨਾਂ ਦੇ ਨਾਲ ਕੀਤੀ ਗਈ ਹੈ, ਕਾਂਗਰਸ ਪਾਰਟੀ ਦਾ ਇਹਦੇ 'ਤੇ ਕੋਈ ਬਿਆਨ ਨਹੀਂ ਆਉਂਦਾ। ਜਦੋਂ ਕਿ ਕਾਂਗਰਸ ਪਾਰਟੀ ਜਦੋਂ ਪਹਿਲਵਾਨ ਧੀਆਂ ਉੱਥੇ ਦਿੱਲੀ ਦੇ ਵਿੱਚ ਬੈਠੀਆਂ ਸੰਘਰਸ਼ ਕਰ ਰਹੀਆਂ ਸੀ, ਲਗਾਤਾਰ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਦੇ ਵੱਲੋਂ ਲਗਾਤਾਰ ਬਿਆਨ ਆ ਰਹੇ ਸੀ, ਪਰ ਅੱਜ ਇਹ ਵੀ ਇੱਕ ਧੀ ਹੈ ਸਵਾਤੀ ਮਾਲੇਵਾਲ, ਇਹਦੇ ਬਾਰੇ ਕਾਂਗਰਸ ਪਾਰਟੀ ਦੇ ਆਗੂ ਚੁੱਪ ਕਿਉਂ ਨੇ, ਕਿਉਂ ਕਿਸੇ ਵੱਲੋਂ ਵੀ ਜਿਹੜਾ ਕੁਝ ਬੋਲਿਆ ਨਹੀਂ ਜਾ ਰਿਹਾ? ਦੇਖੋ ਪਹਿਲੀ ਗੱਲ ਤਾਂ ਮੈਂ ਪਿਛਲੇ 5-7 ਦਿਨ ਹੋ ਗਏ ਮੈਂ ਅਖਬਾਰ ਹੀ ਨਹੀਂ ਪੜਿਆ ਕਿ ਉਹਦੇ 'ਚ ਕੀ ਉਹਨਾਂ ਵਿਚਾਰੇ ਨਾਲ ਕੀ ਵਾਪਰਿਆ, ਜੋ ਇੱਦਾਂ ਦੀ ਕੋਈ ਮੰਦਭਾਗੀ ਘਟਨਾ ਵਾਪਰੀ ਮੈਂ ਉਹਦੀ ਨਿਖੇਧੀ ਕਰਦਾ। ਦੂਜੀ ਗੱਲ, ਮੈਂ ਸਾਰੀ ਗੱਲ ਦੀ ਪੜਚੋਲ ਕਰਕੇ ਵੀ ਕੀ ਗੱਲ ਹੈ, ਮੈਂ ਉਹਦੇ ਬਕਾਇਦਾ ਜ਼ਰੂਰ ਉਹਦੇ ਨਾਲ ਖੜਾਂਗੇ, ਐਸੀ ਗੱਲ ਤਾਂ ਨਹੀਂ। ਕੋਈ ਵੀ ਧੀ ਹਿੰਦੁਸਤਾਨ ਦੀ ਹੈ, ਸਾਡੀ ਆਪਣੀ ਧੀ ਹੈ, ਸਾਡੀ ਆਪਣੀ ਭੈਣ ਹੈ ਜੀ। ਰਵਨੀਤ ਬਿੱਟੂ ਜੀ ਚਲੇ ਗਏ ਨੇ ਅਤੇ ਰਵਨੀਤ ਬਿੱਟੂ ਤੋਂ ਬਾਅਦ ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਉੱਥੇ ਇਲੈਕਸ਼ਨ ਲੜ ਰਹੇ ਨੇ, ਸਿਚੁਏਸ਼ਨ ਨੂੰ ਕਿੱਦਾਂ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਰਵਨੀਤ ਬਿੱਟੂ ਦੇ ਜਾਨ ਦਾ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਨੁਕਸਾਨ ਹੋਵੇਗਾ, ਜਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਕਹਿੰਦੇ ਉੱਥੇ ਨਾਮ ਦੀ ਲਹਿਰ ਵੀ ਬਣੀ ਹੋਈ ਆ, ਪਰ ਨਾਲ ਦੀ ਨਾਲ ਕਿਤੇ ਨਾ ਕਿਤੇ ਥੋੜ੍ਹਾ ਬਹੁਤਾ ਵਿਰੋਧ ਵੀ ਦੇਖਣ ਨੂੰ ਮਿਲਿਆ? ਇੱਦਾਂ ਹੈਗਾ ਕਿ ਰਵਨੀਤ ਸਿੰਘ ਬਿੱਟੂ ਨੂੰ ਪਹਿਲੀ ਵਾਰ ਐਮ ਪੀ ਬਣਾਉਣ ਵਾਲਾ ਤੁਹਾਡਾ ਭਰਾ ਬੈਠਾ, ਮੇਰੇ ਹਲਕੇ 'ਚੋਂ 1,00,000 ਵੋਟ ਪਈ ਸੀ ਬਿੱਟੂ ਨੂੰ, ਔਰ 43,294 ਵੋਟ ਲੀਡ ਹੋਈ ਮੇਰੀ ਕੰਸਟੀਚੁਐਂਸ 'ਚ ਜੀ, ਅਤੇ ਟੋਟਲ 67,000 ਤੋਂ ਜਿੱਤਿਆ ਸੀ ਉਹ ਜੀ। ਉਹ ਸਾਡੇ ਕੋਲ ਛੱਡ ਕੇ ਭੱਜ ਗਿਆ, ਲੁਧਿਆਣੇ ਭੱਜ ਗਿਆ, ਅਤੇ ਹੁਣ ਲੁਧਿਆਣੇ ਜਾ ਕੇ ਉਹ 2 ਵਾਰ ਐਮ ਪੀ ਬਣ ਗਿਆ ਪਾਰਟੀ ਨੇ। ਦੇਖੋ ਜੇ ਸਰਦਾਰ ਬੇਅੰਤ ਸਿੰਘ ਦੇ ਪਰਿਵਾਰ ਨੂੰ ਨਹੀਂ ਕੁਛ ਦਿੱਤਾ ਤਾਂ ਪਾਰਟੀ ਨੇ ਕਿਸੇ ਨੂੰ ਦਿੱਤਾ ਜੀ? ਸਰਦਾਰ ਬੇਅੰਤ ਸਿੰਘ ਬਹੁਤ ਆਦਮੀ ਸੀ, ਬਹੁਤ ਵਧੀਆ ਲੀਡਰ ਸੀ, ਮੈਂ ਤਾਂ ਥੋੜ੍ਹਾ ਸਮਾਂ ਉਹਦੇ ਨਾਲ ਕੰਮ ਕੀਤਾ ਅਤੇ ਬਹੁਤ ਘੱਟ ਮਿਲਣ ਦਾ ਮੌਕਾ ਮਿਲਿਆ ਜੀ, ਪਰ ਜੋ ਉਹਨੇ ਕੰਮ ਪੰਜਾਬ 'ਚ ਕੀਤੇ ਜਾਂ ਉਸ ਵੇਲੇ ਹਾਲਾਤਾਂ ਦੇ ਨਾਲ ਲੜਿਆ ਉਹ ਭਾਵੇਂ ਉਹ ਆਪ ਨਹੀਂ ਰਿਹਾ, ਪਰ ਉਹਨੇ ਕਾਂਗਰਸ ਝੰਡਾ ਬੁਲੰਦ ਕੀਤਾ, ਔਰ ਕਾਂਗਰਸ ਝੰਡਾ ਬੁਲੰਦ ਕਰਨ ਦੇ ਨਾਲ ਨਾਲ ਉਦੋਂ ਬਾਅਦ ਪਰਿਵਾਰ ਦਾ ਮੁੱਲ ਪਾਰਟੀ ਨੇ ਪੂਰਾ ਪਾਇਆ ਕਿ ਪਰਿਵਾਰ ਦੇ ਵਿੱਚ ਉਸ ਵੇਲੇ ਸਾਹ ਤੇਜ ਪ੍ਰਕਾਸ਼ ਸਿੰਘ ਜੀ ਜਿਹੜੇ ਕਿ ਹਲੇ ਐਮ ਐਲ ਏ ਵੀ ਨਹੀਂ ਸੀ, ਉਹਨਾਂ ਨੂੰ ਵਜ਼ੀਰ ਬਣਾਇਆ ਜੀ, ਬਕਾਇਦਾ ਮਾਤਾ ਨੂੰ ਫਾਰ ਲਾਈਫ ਇੱਕ ਕੈਬਨਿਟ ਵਜ਼ੀਰ ਦਾ ਰੁਤਬਾ ਦੇ ਕੇ ਘਰ ਹਰ ਫੈਸਿਲਿਟੀ ਦਿੱਤੀ। ਉਸ ਤੋਂ ਬਾਅਦ ਸਰ ਬੇਅੰਤ ਸਿੰਘ ਦੀ ਬੇਟੀ ਨੂੰ ਅਗਲੀ ਵਾਰ ਐਮ ਐਲ ਏ ਬਣਾ ਕੇ ਵਜ਼ੀਰ ਬਣਾਇਆ, ਸਰ ਬੇਅੰਤ ਸਿੰਘ ਦੇ ਪੋਤੇ ਦੋਨੋਂ ਇਹ ਬਿੱਟੂ ਐਮ ਪੀ ਬਣਿਆ, ਔਰ ਸਰ ਗੁਰਕੀਰਤ ਸਿੰਘ ਐਮ ਐਲ ਏ ਬਣਿਆ,
ਔਰ ਉਹਦੇ ਬਾਅਦ ਵਜ਼ੀਰ ਬਣਿਆ ਅਤੇ ਬੇਟੂ ਦੇ ਫਾਦਰ ਵੀ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਸਰਪੰਚ ਕੋਟਰੀ ਉਹ ਵੀ ਚੇਅਰਮੈਨ ਵੀ ਰਹੇ ਨੇ ਜੀ। ਯਾਨੀ ਪਰਿਵਾਰ ਦਾ ਕੋਈ ਐਸਾ ਜੀ ਨਹੀਂ ਜਿਹੜਾ ਬੰਦਾ ਇਹਨੂੰ ਪਾਰਟੀ ਨੇ ਬੁਲਾਈ ਨਾ ਨਵਾਜਿਆ ਨਾ ਹੋਵੇ, ਲੇਕਿਨ ਬਿੱਟੂ ਨੇ ਜਿਹੜਾ ਇਹ ਕੰਮ ਗਲਤ ਸਟੈਪ ਲਿਆ, ਔਰ ਦੂਜੀ ਗੱਲ ਜਿਹੜੀ ਉਹ ਗੱਲ ਕਰਦਾ ਜਿੱਤਣ ਜਿਤਾਉਣ ਬਹੁਤ ਦੂਰ ਦੀ ਗੱਲ ਹੈ, ਉਹ ਆਪਣਾ ਉੱਥੇ ਵੈਸੇ ਆਪਣੇ ਬਚਾਵੇ ਬਹੁਤ ਔਖਾ ਕੰਮ ਹੋਊਗਾ, ਕਿਉਂਕਿ ਕਾਂਗਰਸ ਪਾਰਟੀ ਦੇ ਉੱਥੇ ਜਿੰਨੇ ਵੀ ਹੁਣ ਦੇਖੋ ਬੈਂਸ ਭਰਾ ਵੀ ਕਾਂਗਰਸ ਪਾਰਟੀ ਜੁਆਇਨ ਕਰ ਗਏ ਜੀ, ਅਤੇ ਉਹਦੇ ਨਾਲ ਕਾਂਗਰਸ ਬਹੁਤ ਵੱਡੇ ਮਾਰਜਨ ਜਿੱਤੂਗੀ ਉੱਥੇ, ਸਾਰੇ ਸਾਡੀ ਪਾਰਟੀ ਬੜੀ ਜ਼ੋਰ ਨਾਲ ਲੱਗੀ ਹੋਈ ਹੈ। ਬਲਕਿ ਬਿੱਟੂ ਨੇ ਗਲਤੀ ਕੀਤੀ ਹੈ ਕਿ ਇਸ ਪਰਿਵਾਰ ਨੂੰ ਦਾਖਲ ਆਇਆ ਬਹੁਤ ਵੱਡਾ ਜੀ। ਸਿੱਧੂ ਸਾਹਿਬ ਗੱਲ ਕਰਾਂਗੇ ਤੁਹਾਡੇ ਆਪਣੇ ਹਲਕੇ ਬਠਿੰਡਾ ਲੋਕ ਸਭਾ ਹਲਕੇ ਦੀ ਗੱਲ ਕਰਾਂਗੇ, ਤੁਹਾਡਾ ਏਰੀਆ ਵੀ ਉੱਧਰ ਤਪਾ ਮੰਡੀ ਮੋੜ 'ਚ ਰਹਿ ਗਿਆ ਪੈਂਦਾ ਹੈਗਾ, ਅਤੇ ਤੁਸੀਂ ਉੱਧਰ ਹੁਣ ਕੁਝ ਦਿਨ ਲਗਾ ਕੇ ਵੀ ਆਏ ਹੋ, ਅਤੇ ਉਹਦੇ ਬਾਬਤ ਗੱਲ ਕੀਤੀ ਜਾਵੇ ਤਾਂ ਕਹਿੰਦੇ ਨੇ ਵਿਰੋਧੀ ਪਾਰਟੀਆਂ ਕਹਿੰਦੀਆਂ ਨੇ ਕਿ ਜੀਤ ਮਹਿੰਦਰ ਸਿੱਧੂ ਉਹਨਾਂ ਨੇ ਹਲਕਾ ਕੈਂਡੀਡੇਟ ਜਿਹੜਾ ਹੈਗਾ ਉਤਾਰਿਆ, ਨਾਲ ਦੀ ਨਾਲ ਗੁਰਮੀਤ ਸਿੰਘ ਖੁੱਡੀਆ ਦੀ ਗੱਲ ਕਰ ਲਈਏ, ਹਰਸਿਮਰਤ ਕੌਰ ਬੀਬੀ ਬਾਦਲ ਦੀ ਗੱਲ ਕਰ ਲਈਏ, ਗੁਰਮੀਤ ਸਿੰਘ ਖੁੱਡੀਆ ਦੇ ਬਾਬਤ ਚਰਚਾ ਇਹ ਚੱਲ ਰਹੀ ਹੈ ਕਿ ਉਹਨਾਂ ਦਾ ਹੀ ਇੱਕ ਨਾਮ ਦਾ ਹੋਰ ਬੰਦਾ ਉੱਥੇ ਇਲੈਕਸ਼ਨ ਦੇ ਵਿੱਚ ਉਤਾਰ ਦਿੱਤਾ, ਉਹਦਾ ਵੀ ਨਾਮ ਗੁਰਮੀਤ ਸਿੰਘ ਖੁੱਡੀਆ ਹੈ, ਅਤੇ ਇੱਧਰ ਇਹ ਕੈਬਨਿਟ ਮੰਤਰੀ ਨੇ, ਉਹ ਦੂਜੇ ਜਿਹੜੇ ਗੁਰਮੀਤ ਸਿੰਘ ਖੁੱਡੀਆ ਨੇ ਉਹ ਮਜ਼ਦੂਰ ਨੇ, ਕਹਿੰਦੇ ਇਹ ਚਾਲ ਚੱਲੀ ਹੈ ਕਾਂਗਰਸ ਪਾਰਟੀ ਨੇ ਅਤੇ ਸ਼੍ਰੋਮਣੀ ਅਕਾਲੀ ਦਲ ਨੇ। ਸੁਣੋ ਜੀ, ਇਹ ਸਾਡੀ ਪਾਰਟੀ ਇਸ ਦਾ ਕੰਮ ਨਹੀਂ ਕਰਦੀ ਜੀ। ਜੇ ਉਹ ਗੁਰਮੀਤ ਸਿੰਘ ਖੁੱਡੀਆ ਖੜਾ, ਉਸ ਨੂੰ ਸ਼ਾਇਦ ਨਾ ਪਤਾ ਹੋਵੇ, ਜਦੋਂ ਮੈਂ 2002 ਇਲੈਕਸ਼ਨ ਜਾ ਲੜਿਆ ਸੀ, ਇੱਕ ਬੰਦਾ ਇੱਦਾਂ ਹੀ ਖੜਾ ਕਰਤਾ ਸੀ ਡੰਮੀ ਜੀ, ਉਹ ਜਿਹੜਾ ਮੇਰਾ ਬਟਨ ਸੀ ਥੱਲਿਓਂ, ਮੇਰਾ 11 ਨੰਬਰ ਸੀ ਤਾਂ 12 ਨੰਬਰ ਸੀ ਜੀ, ਅਤੇ ਥੱਲੇ ਇੱਕ ਆਨ ਆਫ ਵਾਲਾ ਬਟਨ ਸੀ ਅਤੇ ਉਦੋਂ ਗਾਹਾਂ ਵਾਲਾ ਬਟਨ ਜੀ ਉਹਦਾ ਸੀਗਾ। ਮੈਂ 761 ਵੋਟਾਂ ਮੈਨੂੰ ਹੋਰ ਪੈਂਦੀਆਂ, ਮੈਂ MLA ਬਣਨਾ ਸੀ ਜੀ, ਉਹਨੂੰ 1100 ਵੋਟ ਪੈ ਗਈ 1200 ਬੰਦੇ ਨੂੰ ਜੀ, ਭੁਲੇਖੇ ਦੀ ਵੀ ਸੈਕਿੰਡ ਬਟਨ ਉਹਦਾ ਹੀ ਮੇਰਾ ਹੀ ਹੈ ਜੀ, ਉਹਦਾ ਨਾਮ ਵੀ ਪਿੱਛੇ ਵੀਰ ਲੱਗਦਾ ਸੀਗਾ ਜੀ, ਸ਼ਾਇਦ ਕੀ ਨਾਂ ਸੀ ਇਹੋ ਜਿਹਾ ਨਾਂ ਸੀ, ਅਤੇ ਉਹ 1100-1200 ਵੋਟ ਉਹਨੂੰ ਪੈ ਗਈ ਅਤੇ ਮੈਂ ਇਲੈਕਸ਼ਨ ਲੂਜ ਕਰ ਗਿਆ ਜੀ। ਕੋਈ ਪਤਾ ਨਹੀਂ ਕਿਸੇ ਨੇ ਜਾਣ ਕੇ ਕੀਤਾ ਜਾਂ ਉਹਨੇ ਆਪ ਅਪਲਾਈ ਕੀਤਾ, ਉਹ ਤਾਂ ਇੱਕ ਸੈਕੰਡਰੀ ਗੱਲ ਹੈ, ਪਰ ਜਿਹੜਾ ਉੱਥੋਂ ਦੇ ਹਾਲਾਤ, ਸਾਡਾ ਕੈਂਡੀਡੇਟ ਹਲਕਾ ਨਹੀਂ ਹੈ ਜੀ, 4 ਵਾਰ ਦਾ MLA ਆ, ਔਰ ਉਹਦੇ ਉੱਥੇ ਇਲਾਕੇ 'ਚ ਉਹਦੀ ਬਹੁਤ ਵੱਡੀ ਸੇਵਾ ਵੀ ਹੈ, ਉੱਥੇ ਜਿਹੜਾ ਆਦੇਸ਼ ਹੋਸਪਿਟਲ ਆ, ਕਦੇ ਲੱਖਾਂ ਲੋਕਾਂ ਨੂੰ ਉੱਥੇ ਰੁਜ਼ਗਾਰ, ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਹੀ ਮਿਲਿਆ ਆ, ਉੱਥੇ ਲੋਕਾਂ ਨੂੰ ਇਲਾਜ ਹੀ ਮਿਲਦਾ ਹੈ, ਪਲੱਸ ਉਹਦੇ ਜਿਹੜੇ ਕਈ ਟਰੱਸਟ ਜਿਹੜੇ ਉੱਥੇ ਕੰਮ ਕਰਦੇ ਨੇ, ਔਰ ਬੜਾ ਪਾਪੂਲਰ ਕੈਂਡੀਡੇਟ ਹੈ ਜੀ। ਮੈਂ ਜਿਸ ਦਿਨ ਅਸੀਂ ਕਾਂਗਰਸ ਪਾਰਟੀ ਵਾਪਸ ਆਏ ਹਾਂ ਤਾਂ ਅਸੀਂ ਉੱਥੇ ਜੁਆਇਨ ਕਰਨ ਗਏ ਸੀ, ਆਪਣਾ ਉਹਨੇ ਜੁਆਇਨ ਕੀਤਾ ਸੀ, ਮੱਥਾ ਟੇਕਣ ਗਏ ਸੀ ਗੁਰਦੁਆਰਾ ਸਾਹਿਬ ਤਖ਼ਤ ਤਲਵੰਡੀ ਸਾਹਿਬੋਂ, ਤੁਸੀਂ ਮੰਨੋਗੇ 10-15 ਹਜ਼ਾਰ ਬੰਦਾ ਉੱਥੇ ਪਹੁੰਚਿਆ ਹੋਇਆ ਸੀ। ਮੈਂ ਪਰ ਕੱਲ੍ਹ ਮੈਂ ਉਹਦੇ ਸਾਰੇ ਪਿੰਡਾਂ 'ਚ, ਵੱਡੇ ਵੱਡੇ ਪਿੰਡ 'ਚ, ਔਖੇ ਪਿੰਡ ਹੈ ਜਿਹੜਾ 8000 ਪੋਰਟ ਦਾ ਪਿੰਡ ਹੈ, ਮੌੜ ਮੰਡੀ ਜਿਹੜਾ ਕਸਬਾ ਹੈਗਾ, ਉਸ ਮੌੜ ਮੰਡੀ ਦੇ ਵਿੱਚ ਮੈਂ ਕੱਲ੍ਹ ਜਾ ਕੇ ਆਇਆ, 10-12 ਪਿੰਡਾਂ 'ਚ ਹੋਰ ਜਾ ਕੇ ਆਇਆ, ਹਰ ਪਿੰਡ ਦੇ ਵਿੱਚ ਲੋਕ ਉਹਨੂੰ ਬਹੁਤ ਉਹ ਸਿਫਤ ਕਰਦੇ ਨੇ ਕਿ ਸਾਡਾ MLA ਰਿਹਾ, ਸਾਡੇ ਆਹ ਕੰਮ ਕਰਿਆ, ਸਾਡੇ ਮੰਡੀਆਂ ਬਣਾਈਆਂ, ਕਿ ਉਦੋਂ ਵਧੀਆ ਬਿਹਤਰ ਕੰਡੀਡੇਟ, ਪੜ੍ਹਿਆ ਲਿਖਿਆ ਨੌਜਵਾਨ ਹੈ ਜੀ, ਅਤੇ ਬੜਾ ਹੀ ਬਾਰਸੂਖ ਆਦਮੀ ਹੈ, ਸਭ ਤੋਂ ਵੱਡੀ ਗੱਲ ਕਈ ਗੱਲਾਂ ਉਹਦੇ ਗੁਣ ਨੇ ਬਹੁਤ ਸਾਰੇ ਜੀ। ਆਖਰੀ ਸਵਾਲ ਲਵਾਂਗੇ ਸਿੱਧੂ ਸਾਹਿਬ, ਪਹਿਲਾਂ ਕਿ ਦਲ ਬਦਲੀਆਂ ਨੂੰ, ਕਿਉਂਕਿ ਇਸ ਵਾਰ ਦੀ ਲੋਕ ਸਭਾ ਚੋਣਾਂ 2024 ਨੂੰ ਦੇਖੀਏ ਤਾਂ ਦਲ ਬਦਲੀਆਂ ਦੀ ਭਰਮਾਰ ਰਹੀ ਆ, ਪਹਿਲਾਂ ਵੀ ਦਲ ਬਦਲੀਆਂ ਹੁੰਦੀਆਂ ਰਹੀਆਂ ਨੇ, ਪਰ ਇਸ ਵਾਰ ਕੁਝ ਜ਼ਿਆਦਾ ਹੀ ਜਿਹੜੀ ਹੈਗੀ ਭਰਮਾਰ ਦੇਖਣ ਨੂੰ ਮਿਲੀ। ਹਾਲਾਂਕਿ ਤੁਸੀਂ ਵੀ ਚਲੇ ਗਏ ਸੀ ਇੱਕ ਵਾਰੀ BJP ਦੇ ਵਿੱਚ, ਲੇਕਿਨ ਉਹ ਤੁਸੀਂ ਮੰਨਦੇ ਹੋ ਕਿ ਨਹੀਂ ਮੇਰੇ ਤੋਂ ਇਸ ਇੱਕ ਵਾਰੀ ਗਲਤੀ ਹੋ ਗਈ, ਇਹ ਦਲ ਬਦਲੀਆਂ ਨੂੰ ਕਿੱਦਾਂ ਦੇਖਦੇ ਹੋ, ਅਤੇ ਨਾਲ ਦੀ ਨਾਲ ਆਪਣੇ ਵੱਲੋਂ ਉਹ ਕਹਿੰਦੇ ਨੇ 13-0, ਕਾਂਗਰਸ ਦੇ ਸਾਬਕਾ ਸਿਹਤ ਮੰਤਰੀ ਸਰਦਾਰ ਬਲਵੀਰ ਸਿੰਘ ਸਿੱਧੂ ਕੀ ਕਹਿੰਦੇ ਨੇ, ਕਿੰਨੀਆਂ? ਪਹਿਲੀ ਗੱਲ ਤਾਂ ਤੁਸੀਂ ਜਿਹੜੀ ਮੇਰੀ ਗੱਲ ਕਰਦੇ ਹੋ, ਮੈਂ ਅੱਜ BJP ਦੇ ਵਿੱਚ ਜੇ ਮੈਂ ਰਹਿੰਦਾ, ਮੈਨੂੰ ਟਿਕਟ ਪੱਖੀ ਦਿੰਦੇ ਹੋ ਜੀ, ਮੈਨੂੰ ਕੋਈ ਟਿਕਟ ਦਿੱਕਤ ਨਹੀਂ ਸੀਗੀ ਜੀ,
ਪਰ ਮੈਂ ਉਹ ਟਿਕਟ ਲੈ ਕੇ ਰੱਖ ਖੁਸ਼ ਨਹੀਂ ਸੀਗਾ ਜੀ। ਦੂਜੀ ਗੱਲ ਜਿਹੜੇ ਆਪ ਵਾਲੇ ਨੇ ਜੀ, ਆਪ ਜਿਹੜਾ ਕੈਂਡੀਡੇਟ ਇਸ ਵੇਲੇ ਫਤਿਹਗੜ੍ਹ ਸਾਹਿਬ ਤੋਂ, ਉਹ ਕਿਹੜੀ ਪਾਰਟੀ ਨੂੰ ਬਿਲੋਂਗ ਕਰਦਾ ਹੈ? ਕਾਂਗਰਸ ਦਾ ਤੁਹਾਡਾ MLA ਸੀ ਉਹ, ਠੀਕ ਹੈ ਨਾ? ਅਤੇ ਉਦੋਂ ਬਾਅਦ ਜਿਹੜੇ ਉਹਨੇ ਕਿੰਨੇ ਜਿਹੜੇ MLA ਰਿੰਕੂ ਕਿਹੜੀ ਪਾਰਟੀ ਨੂੰ ਬਿਲੋਂਗ ਕਰਦਾ ਹੈ ਜੀ, ਚੱਬੇਵਾਲ ਕਿਹੜੀ ਪਾਰਟੀ ਨੂੰ ਬਿਲੋਂਗ ਕਰਦਾ ਹੈ? ਅਤੇ ਜਿਹੜਾ ਮਾਲਵਿੰਦਰ ਹੈ, ਇਹ ਵੀ BJP 'ਚੋਂ ਆਇਆ ਹੋਇਆ ਜੀ, ਮਾਲਵਿੰਦਰ BJP 'ਚ ਰਿਹਾ, ਠੀਕ ਹੈ ਨਾ ਜੀ? ਅਤੇ ਤੁਸੀਂ ਜਿੰਨੇ ਇਹਨਾਂ ਨੇ ਬੰਦੇ ਸਾਰੇ ਬਾਹਰੋਂ ਲੈ ਕੇ ਖੜ੍ਹੇ ਕੀਤੇ ਹੋਏ ਨੇ ਜੀ, ਜਿਹੜਾ ਜਿਹੜਾ ਆਪਣਾ BJP ਪਾਰਟੀ ਹੈ, ਉਹਨੇ ਤਾਂ ਜਿਹੜਾ ਅਰਵਿੰਦ ਖੰਨਾ ਕਾਂਗਰਸ ਪਾਰਟੀ ਦਾ ਆਪਣਾ ਕੈਂਡੀਡੇਟ ਸੀ MLA ਰਿਹਾ ਜੀ, ਰਾਣਾ ਸੋਢੀ ਵੀ ਕਾਂਗਰਸ ਪਾਰਟੀ 'ਚ ਰਹੇ ਨੇ ਜੀ। ਜਾਣੀ ਇਹ ਇਹਨਾਂ ਨੇ ਨਹੀਂ ਦਲ ਬਦਲੀਆਂ ਜਿਹੜੇ ਨੇ ਕੀਤੀਆਂ ਜਾਂ ਕਰਾਈਆਂ, ਉਹ ਤੁਹਾਡੇ ਸਾਹਮਣੇ ਸਾਰੀਆਂ ਪਾਰਟੀਆਂ ਦਾ ਇਹ ਹਾਲ ਹੈ। ਪਰ ਸਾਡੀ ਪਾਰਟੀ ਦਾ ਹੁਣ ਤੱਕ ਕੋਈ ਦਲ ਬਦਲੀ ਦਾ ਬੰਦਾ ਲੈ ਕੇ, ਸਿਰਫ ਇਕੱਲੇ ਗਾਂਧੀ ਸਾਹਿਬ ਇਹ ਹੈ ਕਿ ਵੀ ਉਸ ਇੱਕ ਨਿਰੋਲ ਇੱਕ ਨਿਰਪੱਖ ਆਦਮੀ ਹੈ, ਤਾਂ ਉਹਨੂੰ ਅਸੀਂ ਲਿਆ, ਬਾਕੀ ਸਾਰੇ ਆਪਣੀ ਪਾਰਟੀ ਦੇ ਉਮੀਦਵਾਰ ਨੇ ਜੀ। ਤਾਂ ਬਹੁਤ ਬਹੁਤ ਧੰਨਵਾਦ ਜੀ, ਬਹੁਤ ਸੋਹਣੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਅੱਜ ਸਾਬਕਾ ਸਿਹਤ ਮੰਤਰੀ ਸਰਦਾਰ ਬਲਬੀਰ ਸਿੰਘ ਸਿੱਧੂ ਹੋਰਾਂ ਨੇ ਨਾਲ ਕੀਤੀਆਂ ਨੇ, ਜਿਨ੍ਹਾਂ ਨੇ ਸਾਫ਼ ਤੌਰ 'ਤੇ ਇਹ ਗੱਲ ਵੀ ਕਹੀ ਹੈ ਕਿ ਜੇਕਰ ਵਾਕਈ ਉਹ ਇਸ ਵੇਲੇ ਵੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਹੁੰਦੇ ਤਾਂ ਉਹਨਾਂ ਨੂੰ ਟਿਕਟ ਮਿਲ ਜਾਣੀ ਸੀ, ਲੇਕਿਨ ਕਹਿੰਦੇ ਕਿ ਮੈਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਰਹਿ ਕੇ ਇਲੈਕਸ਼ਨ ਲੜ ਕੇ ਖੁਸ਼ ਨਹੀਂ ਸੀ, ਇੱਕ ਗਲਤੀ ਕੀਤੀ ਸੀ ਉਸ ਨੂੰ ਵੀ ਮੰਨਦੇ ਨੇ, ਅਤੇ ਨਾਲ ਦੀ ਨਾਲ ਕਾਂਗਰਸ ਪਾਰਟੀ ਵੱਲੋਂ ਜਿਹੜਾ ਹੈਗਾ ਵੱਡੇ ਲੈਵਲ 'ਤੇ ਜਿਹੜੀ ਹੈਗੀ ਜਿੱਤ ਪ੍ਰਾਪਤ ਕੀਤੀ ਜਾਵੇਗੀ, ਅਜਿਹਾ ਦਾਅਵਾ ਅਤੇ ਵਾਅਦਾ ਸਾਬਕਾ ਸਿਹਤ ਮੰਤਰੀ ਸਰਦਾਰ ਬਲਬੀਰ ਸਿੰਘ ਸਿੱਧੂ ਹੋਰਾਂ ਨੇ ਕੀਤਾ ਹੈ। ਅੱਜ ਦੇ ਸਮੇਂ ਲਈ ਇੰਨਾ ਹੀ, ਕੱਲ੍ਹ ਇਸੇ ਸਮੇਂ ਇਸੇ ਚੈਨਲ 'ਤੇ ਅਸੀਂ ਫਿਰ ਤੋਂ ਹੋਵਾਂਗੇ, ਤੁਹਾਡੇ ਮੁਖਾਤਿਬ ਕਰਾਂਗੇ ਤੁਹਾਡੀਆਂ ਗੱਲਾਂ, ਤੁਹਾਡੇ ਪਰਿਵਾਰਾਂ ਦੀਆਂ ਗੱਲਾਂ, ਤੁਹਾਡੇ ਬੱਚਿਆਂ ਦੀ ਗੱਲਾਂ, ਪੰਜਾਬ ਦੇ ਨੌਜਵਾਨਾਂ ਅਤੇ ਕਿਸਾਨਾਂ ਦੀਆਂ ਗੱਲਾਂ। ਤਦ ਤੱਕ ਲਈ ਮੈਨੂੰ ਹਰਦੀਪ ਕੌਰ ਨੂੰ ਅਤੇ ਅੱਜ ਦੇ ਸਾਡੇ ਖਾਸ ਮਹਿਮਾਨ ਸਰਦਾਰ ਬਲਬੀਰ ਸਿੰਘ ਸਿੱਧੂ ਹੋਰਾਂ ਦੀ ਇਜਾਜ਼ਤ, ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।